ਜੀ ਅੱਜ ਆਪਾਂ ਬਣਾਉਂਦੇ ਹਾਂ ਮੂੰਗ ਦਾਲ ਦਾ ਚਿੱਲਾ। ਆਪਾਂ ਇੱਕ ਕੌਲੀ ਮੂੰਗ ਦਾਲ ਲਈ ਆ, ਇਹਨੂੰ ਆਪਾਂ ਕੁਛ ਟਾਈਮ ਲਈ ਭਿਉਂ ਕੇ ਰੱਖਣਾ ਹੈ, ਖੁੱਲ੍ਹੇ ਬਰਤਨ ਵਿੱਚ ਪਾ ਕੇ ਇਹਨੂੰ ਆਪਣੇ ਕੁਛ ਟਾਈਮ ਲਈ ਭਿਉਂ ਕੇ ਰੱਖ ਦੇਣਾ ਹੈ। ਹਾਂਜੀ, ਦਾਲ ਹੈ ਜਿਹੜੀ ਉਹ ਆਪਣੀ ਚੰਗੀ ਤਰ੍ਹਾਂ ਭਿੱਜ ਚੁੱਕੀ ਹੈ। ਦਾਲ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਭਿਉਂ ਲਿਆ ਅਤੇ ਕੌਲੀ ਹੋ ਗਈ ਆ, ਅਤੇ ਇਹਨੂੰ ਹੁਣ ਆਪਾਂ ਕਰਾਂਗੇ ਗ੍ਰੈਂਡ, ਮਿਕਸ ਦੇ ਵਿੱਚ ਗ੍ਰੈਂਡ ਕਰ ਲਿਆ ਪੂਰੀ ਚੰਗੀ ਤਰ੍ਹਾਂ। ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਪਿਆਜ਼ ਪਾਵਾਂਗੇ, ਇਹਦੇ ਵਿੱਚ ਹੀ ਮਿਕਸ ਕਰ ਲੈਂਦੇ ਪਿਆਜ਼ ਆਪਾਂ ਜਿਹੜੇ, ਬਾਕੀ ਮਸਾਲੇ ਆਪਾਂ ਉਹ ਜਿਹੜਾ ਆਪਾਂ ਇਹਦਾ ਪੇਸਟ ਬਣਾਉਣਾ ਉਹਦੇ ਵਿੱਚ ਪਾਵਾਂਗੇ। ਦਾਲ ਹੈ ਜਿਹੜੀ ਉਹ ਆਪਾਂ ਚੰਗੀ ਤਰ੍ਹਾਂ ਗ੍ਰੈਂਡ ਕਰ ਲਈ ਹੈ, ਉਹ ਆਪਣਾ ਜਿਹੜਾ ਪੇਸਟ ਇਸ ਤਰ੍ਹਾਂ ਬਣ ਗਿਆ ਹੈ, ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਹੈਗਾ। ਹਾਂਜੀ, ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਜੀਰਾ ਪਾਊਡਰ, ਥੋੜ੍ਹਾ ਜਿਹਾ ਆਪਾਂ ਕਾਲਾ, ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆ, ਧਨੀਆ ਚੰਗੀ ਤਰ੍ਹਾਂ ਵਿੱਚ ਹੀ ਮਿਕਸ ਕਰ ਲੈਣਾ ਹੈਗਾ ਆਪਾਂ। ਜਿਹੜਾ ਆਪਣਾ ਬਟਰ ਆਪਾਂ ਨੂੰ ਪਤਲਾ ਕਰਨਾ ਹੈਗਾ, ਜਿਵੇਂ ਕਿ ਆਪਾਂ ਦੂਸਰਾ ਚਿੱਲਾ ਬਣਾਉਂਦੇ ਨਾ ਆਟੇ ਗੁੜ ਦਾ ਚਿੱਲਾ, ਬਿਲਕੁਲ ਉਸ ਤਰ੍ਹਾਂ ਹੀ ਬਣਾਉਣਾ ਆਪਾਂ ਨੂੰ, ਉਸ ਤਰ੍ਹਾਂ ਇਹਦਾ ਬਟਰ ਆਪਾਂ ਪਤਲਾ ਕਰਨਾ ਹੈਗਾ ਅਤੇ ਚੰਗੀ ਤਰ੍ਹਾਂ ਜਿਹੜਾ ਫੈਲ ਜਾਵੇ। ਜਿਹੜਾ ਬਟਰ ਆਪਣਾ ਚੰਗੀ ਤਰ੍ਹਾਂ ਘੋਲ ਕੇ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲਿਆ, ਜਿਸ ਤਰ੍ਹਾਂ ਆਪਾਂ ਆਟੇ ਦਾ ਪੂੜਾ ਬਣਾਉਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਬਣਾਇਆ ਹੈ ਆਪਾਂ। ਤੇਲ ਹੈ ਜਿਹੜਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ, ਇਹਨੂੰ ਹੁਣ ਆਪਾਂ ਇੱਕ ਕੜਛੀ ਦੇ ਨਾਲ ਤੇਲ ਦੇ ਵਿੱਚ ਪਾਵਾਂਗੇ। ਹਾਂਜੀ, ਜਿਹੜੀ ਪੂੜੀ ਆਪਣੀ ਇਸ ਤਰ੍ਹਾਂ ਬਣ ਗਈ ਹੈ, ਬਿਲਕੁਲ ਫੁੱਲ ਜੂਗੀ।